ਸੋ ਹੰਮਾਰਾਜ ਸ਼ੇਰ ਸਿੰਘ ਬਿਸ਼ਨੂ ਭਗਵਾਨ ਦੀ ਚਹੇ 19 ਜੇਠ 6 ਸਮਤ ਇੱਕ ਸੁੰਦਰ ਸਿੰਘ ਦੇ ਘਰ ਫਿਰੋਜ਼ ਸ਼ਾ ਜ਼ਿਲ੍ਹਾ ਫਿਰੋਜ਼ਪੁਰ ਇੱਕ ਨਾਂ ਦਾ ਮਿਟ ਜਾਏ ਝਗੜਾ 19 19 ਸਾਲ ਲੇਖ ਚੁਕਾਈਆ ਸਦਾ ਮਾਰਗ ਦੱਸ ਦੇ ਅਗਲਾ ਪਿਛਲੀ ਆਦਤ ਲੈਣੀ ਬਦਲਾਈਆ ਗੁਰਮੁਖ ਬਾਹਰੋਂ ਨਜ਼ਰ ਨਾ ਆਏ ਪਗਲਾ ਅੰਤਰ ਆਤਮ ਕਰਨੀ ਸੱਚ ਸਫਾਈਆ ਹਰ ਜਨ ਮਨ ਵਾਸਨਾ ਰਹੇ ਨਾ ਪਗਲਾ ਕੁੜੀ ਕਿਰਿਆ ਨਾ ਕੋਈ ਹਲਕਾਈਆ ਪਟਕਣਾ ਪਏ ਨਾ ਕਿਸੇ ਵਿੱਚ ਜੰਗਲਾਂ ਚੋਟੀ ਪਹਾੜ ਨਾ ਕੋਈ ਤਕਾਈਆ ਕਿਰਪਾ ਕਰਕੇ ਆਪਣੇ ਅੰਗ ਲਾ ਅੰਗੇ ਕਾਰੇ ਕਿ ਅਖਵਾਈਆ ਪਰਦਾ ਲਾ ਕੇ ਹੰਗ ਬ੍ਰਹਮ ਦਾ ਪਾਰ ਬ੍ਰਹਮ ਬੇਪਰਵਾਹੀਆ ਖੇਲ ਕਰਦੇ ਆਪਣੇ ਕਰਮ ਦਾ ਨਿਹ ਕਰਮੀ ਹੋ ਕੇ ਹੋ ਸਹਾਈਆ ਸਾਬਦਾ ਲੇਖਾ ਮੁਕਾ ਦੇ ਇਸ ਜਨਮ ਦਾ ਜੋ ਚੱਲੇ ਆਇਆ ਸਰਨਾਈਆ ਭਾਂਡਾ ਤੋੜ ਦੇ ਕੁੜੇ ਪਰਮਦਾ ਪੈ ਅਵਰ ਨ ਕੋਈ ਰਖਾਈਆ ਮਾਰਗ ਦੱਸ ਦੇ ਸੱਚੇ ਤਰਨਦਾ ਨਿਆ ਨੌਕਾ ਨਾਮ ਜਣਾਈਆ ਨੇਤਰ ਖੋਲ ਦੇ ਹਰਨ ਫਰਨਦਾ ਗਰਮੁਖੇ ਅਠੇ ਪਹਿਰ ਤੇਰਾ ਦਰਸ਼ਨ ਪਾਈਆ ਰਸਤਾ ਦੱਸ ਦੇ ਆਪਣੇ ਮੰਦਰ ਚੜਨ ਦਾ ਅੱਧ ਵਿਚਕਾਰ ਨਾ ਕੋਈ ਅਟਕਾਈਆ ਤ੍ਰਿਕਾ ਦੱਸ ਦੇ ਪੱਲੂ ਫੜਨ ਦਾ ਲੜੀ ਲੜੀ ਨਾਲ ਘੰਡਾਈਆ ਰਾ ਦੱਸ ਦੇ ਜਿਉਂਦਿਆਂ ਮਰਨ ਦਾ ਮਰ ਜੀਵਤ ਨਜ਼ਰੀ ਆਇਆ ਕੇ ਲਦਾਸ ਦੇ ਆਤਮ ਪਰਮਾਤਮ ਕੰਤ ਸੁਹਾਗੀ ਵਰਨ ਦਾ ਕਰ ਸਾਜਣ ਵੇਖ ਵਿਖਾਈਆ ਝਗੜਾ ਚੁਕਾ ਦੇ ਕੁੜੀ ਝਗੜਾ ਚੁਕਾ ਦੇ ਕੂੜ ਕੁੜਿਆਰੀ ਜਾਤ ਪਾਤ ਵਰਨ ਵਰਨ ਦਾ ਬ੍ਰਹਮ ਵਿਸ਼ਨ ਸ਼ੇਵ ਇਕੋ ਰੰਗ ਵਿਖਾਈਆ ਸਹਾਰਾ ਬਖਸ਼ ਦੇ ਉਸ ਸਰਨ ਦਾ ਜਿਸ ਦਾ ਮਾਲਕ ਕੋ ਤੂੰ ਹੀ ਨਜ਼ਰੀ ਆਇਆ ਨਾਮ ਦੱਸ ਦੇ ਸੱਚਾ ਪੜਨ ਦਾ ਮਿਲੇ ਦੋ ਜਹਾਨ ਵਡਿਆਈ ਝਗੜਾ ਚੁਕਾ ਦੇ ਗ੍ਰਹਿ ਮੰਦਰੇ ਅੰਦਰ ਲੜਨ ਦਾ ਪੰਜ ਵਿਕਾਰ ਨ ਕੋਈ ਲੜਾਈਆ ਮਾਰਗ ਦੱਸ ਦੇ ਸੱਚ ਦਰਬਾਰੇ ਖੜਨ ਦਾ ਸਨਮਖ ਹੋਏ ਦਰਸ਼ਨ ਪਾਈਆ ਪੰਡਾ ਦਸਦੇ ਅੱਗੇ ਵਧਣ ਦਾ ਭਜੀਏ ਚਾਈ ਚਾਹੀਆ ਦਰਸ ਕਰਾ ਦੇ ਮੁਕੰਦ ਮਨੋਹਰ ਮੂਰਤ ਮਦਨ ਦਾ ਨਿਰਗੁਣ ਨਿਰਵਰ ਨਜ਼ਰੀਆ ਆਇਆ ਥੋੜਾ ਜਿਹਾ ਲਿਖਾ ਸਮਝਾ ਦੇ ਜੋ ਝਗੜਾ ਛਿੜਨਾ ਅਦਨ ਦਾ ਅਦਾਲਤੇ ਆਪਣੀ ਵਿੱਚੋਂ ਪ੍ਰਗਟਾਈ ਆ ਵੇਖ ਖੁਲਾ ਦੇ ਜਗ ਤੇ ਆਤਸ਼ ਅਗਨ ਦਾ ਸਾਜਸ਼ ਵਿੱਚ ਲੁਕਾਈਆ ਪਰਦਾ ਲਾ ਦੇ ਕੂੜ ਕੁੜਿਆਰ ਫਿਰ ਨਗਨ ਦਾ ਓਡਣ ਸੀਸ ਨਾ ਕੋਈ ਟਿਕਾਈਆ ਮੰਦਰ ਸੁਹਾ ਦੇ ਗੁਰਮੁਖਾਂ ਦੇ ਦੀਪਕ ਜਗਣ ਦਾ ਜਾਗਰਤ ਜੋਤ ਹੋਏ ਰਿਸ਼ਨਾਈਆ ਪਿਆਰ ਦੱਸ ਦੇ ਆਪਣੇ ਨਾਲ ਮਿਲ ਕੇ ਵਸਣ ਦਾ ਦਿਵਸ ਰਹਿਣ ਨਾ ਹੋਏ ਜਦਾਈਆ ਮੁਖ ਦੇ ਦੇ ਸੁਹੰਝਣਾ ਹਸਣ ਦਾ ਗਮੀ ਗਮ ਖਾਰ ਦੇਣੀ ਮਿਟਾਈਆ ਅੰਮ੍ਰਿਤ ਪਿਆਲਾ ਦੇ ਦੇ ਤੁਰਦੇ ਛਟਣ ਦਾ ਸੰਸੇ ਰੋਗ ਦਿਨੇ ਮਿਟਾਈਆ ਮੇਲਾ ਮਿਲਾ ਦੇ ਆਪਣੀ ਅੱਖਣ ਦਾ ਆਖਰੇ ਆਪਣਾ ਰੰਗ ਵਿਖਾਈਆ ਝਗੜਾ ਮੁਕਾ ਦੇ ਚੋਲੀ ਸਖਣ ਦਾ ਸਖਣੇ ਦੇ ਪਰਾਇਆ ਹੁਣ ਵੇਲਾ ਨਹੀਂ ਪੁੱਤਰਾਂ ਤੋਂ ਖਾਲੀ ਰੱਖਣ ਦਾ ਘਰ ਘਰ ਮਾਤਾ ਗੋਦ ਵਜੇ ਵਿਦਾਈਆ ਸਮਾਂ ਨਹੀਂ ਛੱਡ ਕੇ ਭਜਣ ਦਾ ਆਪਣਾ ਮੁਖ ਬਦਲਾਈਆ ਇਹ ਲੈਣਾ ਤੁਰਦੇ ਸੱਜਣ ਦਾ ਸਾਹਿਬ ਸੁਆਮੀ ਜੋ ਜੋਖਵਾਈਆ ਰਸ ਦੇ ਦੇ ਤੂੜੀ ਮਜਨ ਦਾ ਮਜਲਸ ਆਪਣੀ ਇੱਕ ਸਹਾਈਆ ਤਾਲ ਦੱਸ ਦੇ ਗੰਮੀ ਨਾਦ ਵਜਣ ਦਾ ਅੱਠੇ ਪਹਿਰ ਕਰੇ ਸ਼ਨਵਾਈਆ ਦਰਵਾਜ਼ਾ ਖੋਲ ਦੇ ਆਪਣੇ ਦਰ ਲੰਘਣ ਦਾ ਪੰਧ ਮੁੱਕੇ ਚਾਈ ਚਾਈਆ ਬਿਸਤਰ ਸੁਹਾਦੇ ਆਪਣੇ ਪਲੰਘਣ ਦਾ ਦੁਸ਼ਾਲਾ ਇੱਕੋ ਨਾਮ ਟਿਕਾਈਆ ਰੰਗ ਚੜਾ ਦੇ ਆਪਣੇ ਰੰਗਣ ਦਾ ਰੰਗ ਰਤੜੇ ਹੋ ਸਹਾਈਆ ਝਗੜਾ ਮੁਕਾ ਦੇ ਮਰਨ ਜੰਮਣ ਦਾ 1084 ਪੰਧ ਮੁਕਾਈਆ ਹੁਣ ਭਗਤਾਂ ਦਾ ਵੇਲਾ ਨਹੀਂ ਕੰਬਣ ਦਾ ਹਿੰਮਤ ਹੌਸਲੇ ਦੇ ਵਧਾਈਆ ਝਗੜਾ ਮੁਕਾ ਦੇ ਮਰਨ ਜੰਮਣ ਦਾ 184 ਪੰਧ ਮੁਕਾਈਆ ਹੁਣ ਵੇਲਾ ਨਹੀਂ ਭਗਤਾਂ ਹੁਣ ਭਗਤਾਂ ਦਾ ਵੇਲਾ ਨਹੀਂ ਕੰਬਣ ਦਾ ਹਿੰਮਤ ਹੌਸਲੇ ਦੇ ਵਿਧਾਈਆ ਹੁਣ ਲੇਖਾ ਨਹੀਂ ਹਿਮਕੁੰਡ ਵਾਲੇ ਦੁਸ਼ਟ ਦਮਨ ਦਾ ਗੋਬਿੰਦ ਸ਼ਬਦੀ ਧਾਰ ਚਲਾਈਆ ਵਕਤ ਸੁਹਾਦੇ ਸੋਹਣੇ ਚਮਨ ਦਾ ਗੁਲ ਗੁਰਮੁਖ ਦੇ ਖਿਲਾਈਆ ਰੰਗ ਰਗਾ ਦੇ ਰੰਗ ਰੰਗਾ ਦੇ ਸੁਖੇ ਅਮਨ ਦਾ ਕੂੜੀ ਕਿਰਿਆ ਨਾ ਕੋਈ ਲੜਾਈ ਆ ਜਨ ਭਗਤਾਂ ਨੂੰ ਸਦਕ ਪਰੋਸਾ ਦੇ ਦੇ ਆਪਣਾ ਭਾਣਾ ਮੰਨਣ ਦਾ ਮਨਸਾ ਮਨਹੀ ਵਿੱਚ ਮਿਟਾਈ ਆ ਸੰਤ ਸਹੇਲੇ ਰੂਪ ਬਣਾ ਲੈ ਆਪਣੇ ਚੰਨਣ ਦਾ ਨਿਮਵਾਸ ਨਜ਼ਰ ਕੋਈ ਨਾ ਆਈਆ ਡੇਰਾ ਟਾ ਦੇ ਕੂੜੀ ਕੰਧਣ ਦਾ ਅੰਦਰੋਂ ਕਰ ਸਫਾਈ ਆ ਝਗੜਾ ਮੁਕਾ ਦੇ ਕੂੜੇ कुटुंब ਵਾਲੇ ਬੰਧਨ ਦਾ ਬੰਦਗੀ ਇੱਕ ਸਮਝਾਈ ਆ ਨੂਰ ਚਮਕਾ ਦੇ ਗੰਮੀ ਰੱਬ ਦਾ ਇਲਾਹੀ ਆਪ ਖੁਦਾਈਆ ਪਰਮ ਰਹੇ ਨਾ ਇਹ ਵੇਲਾ ਸਬਬ ਦਾ ਭਗਵਨ ਆਪਣਾ ਆਪ ਦਾ ਇਹ ਜਣਾਈਆ ਜਿਸ ਨੂੰ ਜੁਗ ਚੌਕੜੀ ਗੁਰ ਅਵਤਾਰ ਪੀਰ ਪੈਗੰਬਰ ਰਹਾ ਲਬਦਾ ਨੇ ਤਰ ਨੈਣ ਨੈਣ ਅੱਖ ਖੋਠਾਈਆ ਜਿਸ ਨੂੰ ਜੁਗ ਚੌਕੜੀ ਗੁਰ ਅਵਤਾਰ ਪੀਰ ਪੈਗੰਬਰ ਰਹਾ ਲਬਦਾ ਨੇ ਤਰ ਨੈਣ ਨੈਣ ਅੱਖ ਉਠਾਈਆ ਸੋ ਪਾਰ ਕਿਨਾਰਾ ਕਰਕੇ ਅਗਲੀ ਪਿਛਲੀ ਹੱਦ ਦਾ ਮਾਲਵੇ ਬੈਠਾ ਸੋਭਾ ਪਾਈਆ ਜਿਸ ਦਾ ਗੁਰਮੁਖ ਦਰਸ਼ਨ ਕਰਕੇ ਰਾਜ ਦਾ ਭੁੱਖਿਆਂ ਭੁੱਖ ਮਿਟਾਈਆ ਸੂਫੀਆਂ ਨੂੰ ਮੌਕਾ ਮਿਲ ਗਿਆ ਸੂਫੀਆਂ ਨੂੰ ਮੌਕਾ ਮਿਲ ਗਿਆ ਹੱਜ ਦਾ ਹਜ਼ਰਤ ਹੋ ਕੇ ਸਜਦਾ ਅਸੀਸ ਚੁਕਾਈਆ ਇੱਕ ਨਉ ਕਹੇ ਮੈਂ ਉਸ ਦੇ ਹੁਕਮੇ ਅੰਦਰ ਭਜਦਾ ਚੱਲਾਂ ਵਾਹੋਦਾਈਆ ਜਿਹੜਾ ਗੁਰਮੁਖਾਂ ਦੇ ਸਨਮੁਖ ਸਜਦਾ ਸੋਨਾ ਟੋਲ ਮਾਈਆ ਜਿਸ ਦਾ ਖੇਲ ਜੁਗ ਚੌਕੜੀ ਨਾਲੋਂ ਚੰਗਾ ਅੱਜ ਦਾ ਆਜਾ ਆਪਣੇ ਅੰਗਲੇ ਲਗਾਈਆ ਪੇਵ ਖੁਲਾ ਕੇ ਕੂੜੇ ਜੱਗ ਦਾ ਜਾਗਰਤ ਜੋਤ ਕਰੇ ਰੁਸ਼ਨਾਈਆ ਨਾਮ ਨਗਾਰਾ ਜਿਸ ਦਾ ਵੱਜਦਾ ਆਬਾਦਤ ਧੁਰਦੀ ਰਿਹਾ ਦੜਾਈਆ ਗੁਰਮੁਖਾਂ ਦਾ ਰਾਹ ਤੱਕਦਾ ਰਿਹਾ ਕਦ ਦਾ ਕਦਮ ਕਦਮ ਵੇਖ ਵਖਾਈਆ ਅਗੇ ਲੇਖਾ ਚੁਕਾਵੇ ਰਹਿਣਾ ਅਲੱਗ ਦਾ ਵਖਰੀ ਧਾਰ ਨਾ ਕੋਈ ਸਮਝਾਈਆ ਪੰਧ ਮੁਕਾਵੇ ਸ਼ਾ ਰਖਦਾ ਸ਼ੈਨਸ਼ਾ ਕਲਮ ਸ਼ਾਹੀ ਨਾਲ ਵੜਾਈਆ ਰੂਪ ਜਣਾ ਦੇ ਸੂਰੇ ਸਰਬਗ ਦਾ ਸੂਰਬੀਰ ਤੇਰੀ ਓਟ ਤਕਾਈਆ ਤਾਲ ਸੁਣਾ ਦੇ ਉਸ ਰਬਾਬ ਦਾ ਜੋ ਬਿਨ ਰਬਾਬ ਰਿਹਾ ਵਜਾਈ ਜਾਮ ਪਿਆਲਾ ਪਿਆ ਦੇ ਉਸ ਆਪ ਦਾ ਜੋ ਇੱਜ਼ਤ ਆਬਰੂ ਦੇ ਬਣਾਈਆ ਲੈਣਾ ਪੂਰਾ ਕਰਦੇ ਪਿਛਲੇ ਖਵਾਬ ਦਾ ਬੇਖਬਰਾਂ ਖਬਰ ਸੁਣਾਈ ਆ ਅੰਮ੍ਰਿਤ ਰਸ ਚਵਾ ਦੇ ਉਸ ਨਾਭ ਦਾ ਕਮਲ ਕਵਲ ਵਿੱਚੋਂ ਉਲਟਾਈਆ ਪੰਧ ਮੁਕਾ ਦੇ ਦੁਈ ਦਵੇਤ ਦਰਾਜ ਦਾ ਏਕਾ ਏਕ ਰੰਗ ਚੜਾਈਆ ਗੁਰਮੁਖ ਖਾਂ ਨੂੰ ਰੂਪ ਬਣਾ ਲੈ ਆਪਣੇ ਅਸੀਸ ਤਾਜ ਦਾ ਦੋ ਜਹਾਨਾ ਖੁਸ਼ੀਆਂ ਨਾਲ ਉਠਾਈਆ ਝਗੜਾ ਚੁਕਾ ਦੇ ਸਵਾਲ ਜਵਾਬ ਦਾ ਪੁੱਛਣ ਦੀ ਲੋੜ ਰਹੇ ਨਾ ਰਾਇਆ ਜੇ ਤੂੰ ਮਾਲਕ ਸਜਦਾ ਦੱਸ ਦੇ ਆਪਣੇ ਆਦਾਬ ਦਾ ਦੂਸਰ ਸੀਸ ਨਾ ਕੋਈ ਚੁਕਾਇਆ ਅੱਖਰ ਪੜਾ ਦੇ ਉਸ ਲੁਗਾਤ ਦਾ ਜਿਸ ਦਾ ਹਰਫ ਇਕ ਤਰਫ ਫੈਸਲਾ ਦੇ ਸੁਣਾਈਆ ਅੱਖਰ ਪੜਾ ਦੇ ਉਸ ਲੁਗਾਤ ਦਾ ਜਿਸ ਦਾ ਹਰਫ ਇਕ ਤਰਫ ਫੈਸਲਾ ਦੇ ਸੁਣਾਈਆ ਨੂਰ ਕਰ ਦੇ ਆਪਣੇ ਮਹਿਤਾਬ ਦਾ ਜ਼ਹੂਰ ਵਿੱਚ ਰੁਸ਼ਨਾਈਆ ਪਰਦਾ ਲਾ ਦੇ ਮਹਿਰਾਬ ਦਾ ਮਹਿਬੂਬ ਆਪਣਾ ਮੁਖ ਵਿਖਾਈਆ ਪ੍ਰਕਾਸ਼ ਕਰਦੇ ਸੱਚੇ ਚਿਰਾਗ ਦਾ ਜੋ ਚਿਰਾਗਾ ਹਾਂ ਵਿੱਚ ਕਰੇ ਰੁਸ਼ਨਾਈਆ ਕਿਸੇ ਨੂੰ ਕਿਸੇ ਨੂੰ ਦੁੱਖ ਨਾ ਰਹੇ ਔਲਾਦ ਦਾ ਦੁੱਖ ਸੁੱਖ ਵਿੱਚ ਬਦਲਾਈਆ ਆਸਰਾ ਰਹੇ ਨਾ ਗੁਰਮੁਖਾਂ ਨੂੰ ਕਿਸੇ ਦੀ ਅਮਦਾਦ ਦਾ ਸਿਰ ਸਭ ਦੇ ਹੱਥ ਟਿਕਾਈਆ ਝਗੜਾ ਚੁੱਕ ਜਾਏ ਇਸ ਕੀ ਹਕੀਕੀ ਤੇ ਮਜਾਜ਼ ਦਾ ਝਗੜਾ ਚੁੱਕ ਜਾਏ ਇਸ਼ਕ ਹਕੀਕੀ ਤੇ ਮਜਾਜ਼ ਦਾ ਤਰੀਕਾ ਆਪਣੇ ਨਾਮ ਦੇ ਸਮਝਾਈਆ ਝਗੜਾ ਚੁੱਕ ਜਾਏ ਇਸ਼ਕ ਹਕੀਕੀ ਤੇ ਮਜਾਜ਼ ਦਾ ਤਰੀਕਾ ਆਪਣਾ ਨਾਮ ਦੇ ਸਮਝਾਈਆ ਨਿਸ਼ਾਨ ਰਹੇ ਨਾ ਕੁੜੀ ਕਿਰਿਆ ਦਾਗ ਦਾ ਦਰਮਤ ਮੈਲ ਤੁਆਈਆ ਨਾਤਾ ਬਣਾ ਲਿਆ ਗੰਮੀ ਬਾਪ ਦਾ ਪਿਤਾ ਪੂਤ ਗੋਦੇ ਉਠਾਈਆ ਲੇਖਾ ਲਾਲੇ ਆਪਣੇ ਜਾਪ ਦਾ ਤੇਰਾ ਢੋਲਾ ਰਹੇਗਾ ਯਾ ਸਾਨੂੰ ਭੇਵ ਖੁਲਾ ਦੇ ਆਪਣੇ ਆਪ ਦਾ ਗੁਰਮੁਖ ਦੇਣ ਦੁਹਾਈ ਆ ਵਕਤ ਸੁਹਾ ਦੇ ਗੋਬਿੰਦ ਕੋ ਇਖਤਵਾਕ ਦਾ ਵਾਕਿਆ ਵਾਕਫ ਹੋ ਕੇ ਦੇ ਜਨਾਈਆ ਰਾਹ ਦੱਸ ਦੇ ਗੁਰਮੁਖਾਂ ਨੂੰ ਸੱਚੇ ਇਤਫਾਕ ਦਾ ਜਗਤ ਵਿਕਾਰਾ ਕਰੇ ਨਾ ਕੋਈ ਲੜਾਈ ਝਗੜਾ ਮੁੱਕ ਜਾਏ ਕੂੜੇ ਨਿਫਾਕ ਦਾ ਨਫ਼ਰਤ ਦੇਣੀ ਗਵਾਈਆ ਲੇਖਾ ਮੁਕਾਦੇ ਸੰਸੇਰ ਲੇਖਾ ਮੁਕਾਦੇ ਸੰਸਾਰ ਹੈ ਨਾ رسول پاک ਦਾ ਵਾਹਦੇ ਆਪਣਾ ਆਪ ਦੇ ਲੜਾਈ ਆ ਕੰਚਨ ਬਣਾ ਦੇ ਪਤਲਾ ਖਾਕ ਦਾ ਮਿਹਰ ਨਜ਼ਰੇ ਕਿ ਉਠਾਇਆ ਪੰਦ ਮੁਕਾਦੇ ਜਗਤ ਸ਼ੈਤਾਨ ਚਲਾਕ ਦਾ ਸ਼ਰਾ ਵਿੱਚ ਨਾ ਕੋਈ ਲੜਾਈ ਆ ਮੰਦਰ ਵਿਖਾ ਦੇ ਗੋਪੀਆਂ ਵਾਲੀ ਰਾਸ ਦਾ ਕਾਹਨ ਇੱਕੋ ਨਜ਼ਰੀ ਆਇਆ ਕਰ ਵਿਖਾ ਦੇ ਸੱਚ ਨਿਵਾਸ ਦਾ ਜਿੱਥੇ ਬਹਿ ਕੇ ਸੋਭਾ ਪਾਈ ਆ ਨੂਰ ਪ੍ਰਗਟਾ ਦੇ ਆਪਣੇ ਪ੍ਰਕਾਸ਼ ਦਾ ਅੰਧ ਅੰਧੇਰ ਚੁਕਾਈਆ ਲੈਣਾ ਦੇਣਾ ਚੁਕਾ ਦੇ ਸਾਸਗਰਾਸ ਦਾ ਜਨ ਭਗਤ ਗ੍ਰਸਤੀ ਗ੍ਰਹਿ ਆਪਣੇ ਲੈਣੇ ਮਿਲਾਈਆ ਧੀਰਜ ਸੰਤੋਖ ਦੇ ਦੇ ਆਪਣੇ ਵਿਸ਼ਵਾਸ ਦਾ ਧੀਰਜ ਸੰਤੋਖ ਦੇ ਦੇ ਆਪਣੇ ਵਿਸ਼ਵਾਸ ਦਾ ਵਿਸ਼ਵੇ ਆਪਣਾ ਆਪ ਸਮਝਾਈਆ ਪਰਦਾ ਉਠਾ ਦੇ ਆਤਮਾ ਸਾਫ ਦਾ ਸਤ ਸਤ ਨੂਰ ਨਜ਼ਰੀ ਆਇਆ ਗੁੱਸਾ ਮਿਟਾ ਦੇ ਗੁਰਮੁਖ ਬੱਚੇ ਗੁਸਤਾਖ ਦਾ ਅੰਤਰ ਆਤਮੇ ਆਪਣਾ ਰੰਗ ਚੜਾਈਆ ਲੈਣਾ ਚੁਕਾ ਦੇ ਨਾਰ ਕਮਜ਼ਾਤ ਦਾ ਕੋਜੀ ਕੁਲਖਣੀ ਦੁਹਾਗਣ ਰਹਿਣ ਕੋਈ ਨਾ ਪਾਈਆ ਜਨ ਭਗਤਾਂ ਲੇਖਾ ਲਾ ਦੇ ਲੋਕ ਮਾਤ ਦਾ ਬ੍ਰਹਮੰਡ ਖੰਡ ਲੈਣਾ ਦੇ ਮੁਕਾਈਆ ਝਗੜਾ ਮੁਕ ਜਾਏ ਪ੍ਰਤਮੀ ਆਕਾਸ਼ ਦਾ ਗगन ਗगनੰਤਰ ਵੇਖ ਵਖਾਈਆ ਵੇਲਾ ਆ ਗਿਆ ਪ੍ਰਭੂ ਤੇਰੇ ਪ੍ਰਤਾਪ ਦਾ ਵੱਡ ਪ੍ਰਤਾਪੀ ਹਰ ਭਗਤ ਲੈ ਬਣਾਈਆ ਤੇਰੇ ਦਵਾਰੇ ਲੇਖਾ ਰਹੇ ਨਾ ਕੋਈ ਪਾਪ ਦਾ ਪਤਿਤ ਪੁਨੀਤ ਦੇ ਬਣਾਈਆ ਝਗੜਾ ਮੁਕਾ ਦੇਣਾ ਜਮ ਕੇ ਫਾਸ ਦਾ ਫਸੀ ਗਲ ਨਾ ਕੋਈ ਲਟਕਾਈਆ ਜੋਤੀ ਜੋਤ ਸਰੂਪ ਹਰ ਆਪੇ ਆਪਣੀ ਜੋਤ ਧਰ ਨਿਹ ਕਲੰਕ ਨਰਾਇਣ ਨਰ ਮਰ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਤੇਰੇ ਹੁਕਮੇ ਅੰਦਰ ਸਭ ਕੁਝ ਜਾਪਦਾ ਸਿਰ ਸਕੇ ਨਾ ਕੋਈ ਉਠਾਈਆ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ